ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਬਿੱਗ ਬ੍ਰੇਕਿੰਗ ਨਿਊਜ਼ ਆ ਪੰਜਾਬ 'ਚੋਂ। ਇੱਥੇ ਸਾਈਕਲ ਸਵਾਰ ਨੂੰ ਸਾਹ ਨੇ ਦਿੱਤੀ ਇੰਨੀ ਦਰਦਨਾਕ ਮੌਤ ਕਿ ਦੇਖ ਕੇ ਰੋਂਗਟੇ ਖੜ੍ਹੇ ਹੋ ਜਾਣਗੇ। ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਸਾਈਕਲ 'ਤੇ ਆ ਰਹੇ ਇਨਸਾਨ ਨੂੰ ਢੱਠੇ ਨੇ, ਸਾਹ ਨੇ ਚੱਕ ਕੇ ਮਾਰਿਆ। ਤੁਸੀਂ ਆਪਣੇ ਫੋਨ ਦੀ ਡਿਸਪਲੇ 'ਤੇ ਦੇਖ ਸਕਦੇ ਹੋ, ਤਿੰਨ ਵੱਖ ਵੱਖ ਫੋਟੋ ਕਲਿਕਸ ਕੀਤੀਆਂ ਨੇ। ਆਹ ਦੇਖੋ ਕਿਸ ਤਰ੍ਹਾਂ ਉੱਪਰ ਸਾਹਣੇ ਸਾਈਕਲ ਉਸਨੂੰ ਚੱਕਿਆ ਹੋਇਆ ਹੈ। ਇਸ ਜਗ੍ਹਾ 'ਤੇ ਉਸਨੇ ਭੜਕਾ ਕੇ ਮਾਰਿਆ ਔਰ ਇਸ ਜਗ੍ਹਾ 'ਤੇ ਉਹ ਥੱਲੇ ਡਿੱਗ ਰਿਹਾ, ਜਿਸ ਤੋਂ ਬਾਅਦ ਉਸ ਇਨਸਾਨ ਦੀ ਮੌਤ ਹੋ ਗਈ। ਆ ਬਰਨਾਲਾ ਤੋਂ ਖਬਰ ਆ ਜੀ, ਜਿੱਥੇ ਗਲੀਆਂ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਘਾਤਕ ਸਿੱਧ ਹੋ ਰਹੇ ਹਨ। ਇੱਕ ਸਾਹ ਨੇ ਇੱਕ ਸਾਈਕਲ ਸਵਾਰ ਵਿਅਕਤੀ ਨੂੰ ਸਿੰਘ ਵਿੱਚ ਫਸਾ ਕੇ ਹਵਾ ਦੇ ਵਿੱਚ 10 ਫੁੱਟ ਉੱਪਰ ਉਛਾਲ ਦਿੱਤਾ, ਜਿਸ ਕਾਰਨ ਵਿਅਕਤੀ ਸਿਰ ਵਾਲੇ ਪਾਸਿਓਂ ਹੇਠਾਂ ਡਿੱਗਾ, ਜਿਸ ਕਾਰਨ ਵਿਅਕਤੀ ਦੇ ਹੇਠਾਂ ਡਿੱਗਦਿਆਂ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੱਲੂ ਰਾਮ ਵਾਸੀ ਤਪਾ ਦੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਹ ਸੜਕ 'ਤੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਲੋਕਾਂ ਨੇ ਉਸਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਟ ਰਿਹਾ ਸੀ। ਲੋਕਾਂ ਨੇ ਪਾਣੀ ਸੁੱਟ ਕੇ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸੜਕ ਦੇ ਵਿਚਕਾਰ ਖੜ੍ਹਾ ਰਿਹਾ। ਜਾਣਕਾਰੀ ਦੇ ਅਨੁਸਾਰ ਸਾਹ ਸੜਕ 'ਤੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਲੋਕਾਂ ਨੇ ਉਸਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਹੀਂ ਬਣੀ। ਇਸ ਤੋਂ ਕੁਝ ਸਮੇਂ ਬਾਅਦ ਸਾਈਕਲ ਸਵਾਰ ਬਿੱਲੂ ਰਾਮ ਉੱਥੋਂ ਲੰਘਿਆ ਤਾਂ ਬੈਲ ਨੇ ਸਾਈਕਲ ਸਵਾਰ ਨੂੰ ਸਿੰਘਾਂ ਰਾਹੀਂ ਹਵਾ 'ਚ ਉਛਾਲ ਦਿੱਤਾ। ਇਸ ਦੌਰਾਨ ਉਸਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਾਹ ਨੇ ਇੰਨੀ ਚੁਸਤੀ ਦਿਖਾਈ ਕਿ ਉਸਨੂੰ ਭੱਜਣ ਦਾ ਮੌਕਾ ਹੀ ਨਹੀਂ ਦਿੱਤਾ। ਰਾਹਗੀਰਾਂ ਨੇ ਇਸ ਘਟਨਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ, ਜੋ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੰਜਾਬ ਦੇ ਵਿੱਚ ਕਰੀਬ 2.5 ਲੱਖ ਅਵਾਰਾ ਪਸ਼ੂ ਹਨ। ਰਾਜ ਦੇ ਵਿੱਚ ਇਸ ਸਮੇਂ ਅਵਾਰਾ ਪਸ਼ੂ 2.5 ਲੱਖ ਦੇ ਕਰੀਬ ਹਨ, ਜਿਨ੍ਹਾਂ ਦਾ ਪ੍ਰਬੰਧਨ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਸਬ ਕਮੇਟੀ ਵੀ ਬਣਾਈ ਸੀ, ਪਰ ਯੋਜਨਾਵਾਂ ਅਜੇ ਪੂਰੀਆਂ ਨਹੀਂ ਹੋ ਸਕੀਆਂ। ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਸਾਲ ਪਹਿਲਾਂ 5 ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਸੀ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਮੁੱਖ ਮੰਤਰੀ ਨੇ ਪਸ਼ੂ ਪਾਲਣ ਮੰਤਰੀ ਰਜਿੰਦਰ ਸਿੰਘ ਬਾਜਵਾ ਨੂੰ ਕੈਬਨਿਟ ਸਬ ਕਮੇਟੀ ਦਾ ਮੁਖੀ ਬਣਾਇਆ ਸੀ। ਹੋਰ ਮੈਂਬਰਾਂ ਨੇ ਲੋਕ ਨਿਰਮਾਣ ਮੰਤਰੀ ਆਦਿ ਨੂੰ ਇਸ ਵਿੱਚ ਲਾਇਆ ਗਿਆ ਸੀ, ਪਰ ਕੋਈ ਸੋਲਿਊਸ਼ਨ ਨਹੀਂ ਹੋ ਚੁੱਕਿਆ। ਅਜੇ